कहित कबीर सुनो रे सन्त।
कबीर सुना दे संता।
Oh.
ਜੀਵਨ ਦੇ ਰਾਹ ਉਹ ਜੇ ਬਣ ਗਏ, ਮਨੁੱਖ ਨੇ ਆਪਣੀ ਸੋਚ ਬਣਾ ਲਈ,
ਉਹ ਦੂਜੇ ਨਾਲ ਮੇਲ ਨਹੀਂ ਖਾਂਦੀ, ਇੱਥੋਂ ਟਕਰਾਓ ਪੈਦਾ ਹੁੰਦਾ ਹੈ। ਮੈਂ ਕੀ ਸੋਚਣਾ ਇਹ ਮੇਰੀ ਮਰਜ਼ੀ ਹੈ, ਦੂਜਾ ਕੀ ਸੋਚਦਾ ਹੈ ਉਹਦੀ ਮਰਜ਼ੀ, ਕਿਉਂਕਿ ਸੁਰਤ ਮੇਰੀ ਤੇਰੀ ਨਹੀਂ, ਮਤ ਤੇਰੀ ਮੇਰੀ ਹੈ। ਸੁਰਤ ਜਿਹੜੀ ਹੈ ਉਹ ਮੇਰੀ ਤੇਰੀ ਨਹੀਂ, ਉਹ ਕਿਉਂਕਿ ਰੱਬ ਨੇ ਦਿੱਤੀ ਹੈ, ਇੱਕ ਨੇ ਦਿੱਤੀ ਹੈ, ਇਸ ਲਈ ਉਹਦੇ ਵਿੱਚ ਮੇਲ ਫੇਰ ਕੋਈ ਨਹੀਂ। ਪਰ ਮਤ ਕਿਉਂਕਿ ਰੱਬ ਨੇ ਨਹੀਂ, ਮਨੁੱਖ ਨੇ ਬਾਹਰੋਂ ਲਈ ਹੈ, ਇਸ ਲਈ ਮੇਰੀ ਮਤ ਕਿਹੋ ਜਿਹੀ ਹੈ, ਦੂਜੇ ਦੀ ਮਤ ਕਿਹੋ ਜਿਹੀ ਹੈ, ਇਹ ਵੱਖਰੀ ਵੱਖਰੀ ਹੈ। ਇਸ ਲਈ ਇੱਥੇ ਮੇਰੀ ਮਤ ਨੂੰ ਮੈਂ ਮੇਰੀ ਮਤ ਆਖਾਂਗਾ, ਤੇਰੀ ਮਤ ਨੂੰ ਮੈਂ ਤੇਰੀ ਮਤ ਆਖਾਂਗਾ। ਮੇਰ ਤੇਰ ਵੱਖ ਵੱਖ ਜਿਹੜਾ ਉਹ ਇੱਥੋਂ ਪੈਦਾ ਹੋਇਆ, ਟਕਰਾਓ ਇੱਥੋਂ। ਗੁਰੂ ਨੇ ਬਾਣੀ ਅੰਦਰ ਇੱਕੋ ਲੈਂਗੁਏਜ ਬੜੀ ਖੂਬਸੂਰਤ ਗੱਲ ਆਖ ਦਿੱਤੀ, ਕਹਿਣ ਲੱਗੀ ਮੇਰ ਤੇਰ ਜਬ ਇਹਨੇ ਚੁਕਾਈ, ਆ ਮੇਰੀ ਹੈ ਆ ਤੇਰੀ, ਆ ਮੇਰੀ ਹੈ ਆ ਤੇਰੀ। ਜਿੰਨਾ ਸੰਸਾਰ ਦਾ ਟਕਰਾਓ ਹੈ ਉਹ ਹੈ ਇੱਕ ਮੇਰੀ ਇੱਕ ਤੇਰੀ, ਇਸੇ ਵੀ ਅਖੀਰ ਤੇ ਇੱਕ ਰੁੱਖ ਰੱਖੇ ਇਸ ਸ਼ਬਦ ਤੇ ਦੋਵਾਂ ਚੀਜ਼ਾਂ ਨੂੰ ਆਪਾਂ ਮਿਲਣਾ ਹੈ, ਰਹਾਉ ਦੀ ਤੁੱਕ ਤੇ ਉਹ ਸਬਜੈਕਟ ਜਿਹੜਾ ਤੁਰਿਆ ਆਉਂਦਾ ਮੇਰੀ ਮੇਰੀ ਵਾਲਾ, ਇੱਥੇ ਆਖ ਰਹੇ ਨੇ ਬਣਾਉਣਾ, ਉਹਨੂੰ ਚੰਗਾ ਸਾਬਤ ਕਰਨਾ, ਇਹ ਵੀ ਮੇਰੀ ਡਿਊਟੀ ਹੋ ਜਾਏਗੀ, ਕਿਉਂਕਿ ਉਹ ਮੇਰੀ ਹੈ, ਇਹ ਮਕਾਨ ਮੇਰਾ ਹੈ, ਉਹ ਮਕਾਨ ਗੁਆਂਢੀ ਦਾ। ਜਿਸ ਦਿਨ ਮੇਰਾ ਤੇ ਤੇਰਾ ਲਫ਼ਜ਼ ਆ ਗਿਆ, ਹੁਣ ਸੋਚੀ ਪੈ ਗਿਆ ਕਿਤੇ ਐਸਾ ਨਾ ਹੋਵੇ ਮੇਰੇ ਮਕਾਨ ਨਾਲੋਂ ਗੁਆਂਢੀ ਦਾ ਮਕਾਨ ਖੂਬਸੂਰਤ ਹੋਵੇ, ਇਹ ਖਿਆਲ ਤੇ ਤਾਂ ਹੀ ਪੈਦਾ ਹੋਇਆ ਨਾ, ਜਦੋਂ ਇੱਕ ਘਰ ਮੇਰਾ ਹੋ ਗਿਆ। ਜਦੋਂ ਕੋਈ ਚੀਜ਼ ਇਹ ਪੈਦਾ ਹੋਈ ਕਿ ਆਹ ਚੀਜ਼ ਮੇਰੀ ਹੈ, ਇਸ ਦੀ ਮੇਰੀ ਘੱਟ ਨਹੀਂ ਹੋਣੀ ਚਾਹੀਦੀ, ਵੱਧ ਹੋਣੀ ਚਾਹੀਦੀ, ਉੱਥੋਂ ਕੀ ਪੈਦਾ ਹੋਏਗਾ? ਈਰਖਾ। ਸੰਸਾਰ ਅੰਦਰ ਜਿੰਨੀ ਈਰਖਾ ਹੈ, ਜਿੰਨੀ ਦੁਸ਼ਟਤਾ ਹੈ, ਉਹ ਮੇਰ ਤੇਰ ਵਿੱਚੋਂ ਹੈ, ਕਿਉਂਕਿ ਆਹ ਚੀਜ਼ ਮੇਰੀ ਹੈ, ਇਸ ਲਈ ਦੂਜੇ ਦੀ ਚੀਜ਼ ਇਹਦੇ ਤੋਂ ਘੱਟ ਹੋਣੀ ਚਾਹੀਦੀ ਹੈ, ਵੱਧ ਨਹੀਂ ਹੋਣੀ ਚਾਹੀਦੀ, ਈਰਖਾ ਇਹ ਮੰਗ ਕਰਦੀ ਹੈ। ਮੈਂ ਬਹੁਤ ਦਿਨ ਹੋਏ ਇੱਕ ਵਾਰ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਮਨੁੱਖ ਆਪਣੇ ਆਪ ਨੂੰ ਅਗਾਂਹ ਵਧਿਆ ਹੋਇਆ ਤਾਂ ਹੀ ਮਹਿਸੂਸ ਕਰਦਾ ਜੇ ਦੂਜੇ ਨੂੰ ਪਿੱਛਾ ਸੁੱਟੇ, ਕਿਸੇ ਦਾ ਨੁਕਸਾਨ, ਕਿਸੇ ਦੀ ਘਾਟ, ਕਿਸੇ ਦੀ ਜ਼ਿੰਦਗੀ ਵਿੱਚ ਅਸਫਲਤਾ ਜਿਹੜੀ ਹੈ ਉਹ ਹੀ ਮੇਰੀ ਸਫਲਤਾ ਦਾ ਪ੍ਰਤੀਕ ਬਣਦੀ ਹੈ। ਕਿਉਂਕਿ ਜਿੰਨੇ ਮੈਂ ਐਗਜ਼ਾਮਪਲ ਦਿੱਸ ਵੀ ਆ, ਤੁਸੀਂ ਕਾਰਾਂ 'ਤੇ, ਬੱਸਾਂ 'ਤੇ ਜਾਂ ਟ੍ਰੇਨਾਂ 'ਤੇ ਸਫ਼ਰ ਕਰਦੇ ਹੋ, ਕੀ ਦੇਖਦੇ ਹੋ? ਜਦੋਂ ਤੁਸੀਂ ਦੌੜਦੇ ਹੋ, ਜਿੰਨੀ ਤੇਜ਼ੀ ਨਾਲ ਤੁਹਾਡੀ ਬੱਸ, ਕਾਰ ਦੌੜ ਰਹੀ ਹੁੰਦੀ ਹੈ, ਓਨੀ ਤੇਜ਼ੀ ਨਾਲ ਕੁਝ ਦਰਖਤ ਪਿੱਛੇ ਜਾ ਰਹੇ ਹੁੰਦੇ ਨੇ, ਉਹਨਾਂ ਦਾ ਪਿੱਛੇ ਜਾਣਾ ਹੀ ਤਾਂ ਤੁਹਾਨੂੰ ਵਿਸ਼ਵਾਸ ਨੂੰ ਆਉਂਦਾ ਕਿ ਤੁਸੀਂ ਅੱਗੇ ਵੱਧ ਰਹੇ ਹੋ। ਕਿਉਂਕਿ ਜਿਸ ਵੇਲੇ ਤੁਹਾਡੀ ਕਾਰ ਖੜੀ ਹੋ ਗਈ, ਫਿਰ ਤਾਂ ਨਾਲ ਦੇ ਦਰਖਤ ਨੇ ਪਿਛਾ ਜਾਣੇ ਨਹੀਂ, ਕੋਈ ਸਾਧਨ ਨਹੀਂ ਪਿਛਾ ਜਾਣ ਦਾ। ਉਹਦਾ ਜਿਹੜਾ ਪਿਛਾ ਜਾਣਾ ਹੈ ਨਾ, ਇਹ ਸਾਬਤ ਕਰਦਾ ਹੈ ਕਿ ਮੈਂ ਅੱਗੇ ਜਾ ਰਿਹਾ। ਕਈ ਵਾਰੀ ਤੇ ਮਨੁੱਖ ਨਾ ਵੀ ਜਾ ਰਿਹਾ ਹੋਵੇ ਨਾ, ਕਿਸੇ ਦਾ ਪਿਛਾ ਜਾਣਾ ਵੀ ਉਹ ਆਪਣੇ ਆਪ ਵਿੱਚ ਤਸੱਲੀ ਹੁੰਦਾ ਕਿ ਮੈਂ ਜ਼ਰੂਰ ਅੱਗੇ ਵੱਧ ਰਿਹਾ, ਕਿਉਂਕਿ ਕਿਸੇ ਦਾ ਨੁਕਸਾਨ ਤਾਂ ਹੋ ਹੀ ਰਿਹਾ। ਸਟੇਸ਼ਨਾਂ 'ਤੇ ਕਈ ਵਾਰੀ ਟ੍ਰੇਨ ਖੜੀ ਹੋਵੇ, ਮੈਨੂੰ ਸਵਾਲ ਆਪ ਜੀਵਨ ਵਿੱਚੋਂ ਐਗਜ਼ਾਮਪਲ ਦਿੰਦਾ,
ਸਟੇਸ਼ਨ ਤੇ ਕਈ ਵਾਰੀ ਟ੍ਰੇਨ ਖੜੀ ਹੋਵੇ ਨਾ ਤੇ ਨਾਲ ਅਗਲੇ ਪਾਸੋਂ ਆਪੋਜ਼ਿਟ ਸਾਈਡ ਤੋਂ ਆਈ ਹੋਈ ਟ੍ਰੇਨ ਖੜੀ ਹੋ ਜਾਏ ਤੇ ਕੁਛ ਦੇਰ ਬਾਅਦ ਉਹ ਨਾਲ ਦੀ ਟ੍ਰੇਨ ਚੱਲ ਪਵੇ ਪਿਛਾ ਨੂੰ। ਤੁਸੀਂ ਆਮ ਜੀਵਨ ਵਿੱਚ ਕਈ ਵਾਰੀ ਵੇਖਿਆ ਹੋਣਾ ਨਾਲ ਦੀ ਟ੍ਰੇਨ ਪਿਛਾ ਨੂੰ ਚੱਲ ਪਵੇ ਤੇ ਤੁਹਾਨੂੰ ਇਹ ਭੁਲੇਖਾ ਪੈਣ ਲੱਗ ਪਏ ਮੇਰੀ ਟ੍ਰੇਨ ਅਗਰ ਚੱਲ ਪਈ ਮੇਰੀ ਟ੍ਰੇਨ ਚੱਲ ਪਈ। ਜਦੋਂ ਤੁਸੀਂ ਆਪਣੀ ਟ੍ਰੇਨ ਵੱਲ ਧਿਆਨ ਮਾਰ ਦਿਓ ਕਦੇ ਨਹੀਂ ਇਹ ਤੇ ਖੜੀ ਹੈ ਇਹਦਾ ਮਤਲਬ ਉਹ ਟ੍ਰੇਨ ਪਿਛਾ ਚੱਲ ਪਈ ਹੈ। ਜਿਹੜੀ ਉਹ ਪਿਛਾ ਚੱਲੀ ਉਹਨੇ ਮੈਨੂੰ ਅਹਿਸਾਸ ਦਵਾਤਾ ਕਿ ਮੈਂ ਖੁਦ ਅੱਗੇ ਵੱਧ ਰਿਹਾ। ਮਨੁੱਖ ਦੇ ਜੀਵਨ ਦਾ ਇੱਕ ਕਰਤੱਵ ਹੈ, ਮਨੁੱਖ ਦੇ ਜੀਵਨ ਦਾ ਇੱਕ ਸੁਭਾਅ ਹੈ, ਆਦਤ ਹੈ, ਕਿਸੇ ਦੀ ਅਸਫਲਤਾ ਵਿੱਚ ਮਨੁੱਖ ਆਪਣੀ ਸਫਲਤਾ ਢੂੰਡਦਾ, ਕਿਸੇ ਦੀ ਕਮਜ਼ੋਰੀ ਵਿੱਚ ਆਪਣੀ ਸਟਰੈਂਥ ਆਪਣੀ ਸ਼ਕਤੀ ਮਹਿਸੂਸ ਕਰਦਾ। ਹੁਣ ਮੇਰੀ ਟ੍ਰੇਨ ਤਾਂ ਤਾਂ ਹੀ ਅੱਗੇ ਵਧੇਗੀ ਨਾ ਜੇ ਤੇਰੀ ਟ੍ਰੇਨ ਪਿੱਛੇ ਜਾਏਗੀ। ਜਦੋਂ ਮੇਰੀ ਦਾ ਲਫ਼ਜ਼ ਆ ਗਿਆ ਤੇ ਕੋਈ ਲਫ਼ਜ਼ ਤੇਰੀ ਦਾ ਆ ਗਿਆ ਪਰ ਉੱਥੋਂ ਈਰਖਾ ਪੈਦਾ ਹੋ ਗਈ ਮੇਰੀ ਟ੍ਰੇਨ ਪਿੱਛੇ ਕਿਉਂ। ਤੇ ਗੁਰੂ ਨੇ ਇਹੋ ਗੱਲ ਇਸ ਸ਼ਬਦ ਵਿੱਚ ਆਖ ਦਿੱਤੀ, ਕਹਿਣ ਲੱਗੇ ਮੈਂ ਦੇਖਦਾ ਮੇਰੀ ਝੂਠੀ ਹੈ ਪਰ ਇਸ ਝੂਠ ਦੇ ਸਹਾਰੇ ਮੇਰੀ ਤੇਰੀ ਵਿੱਚੋਂ ਈਰਖਾ ਪੈਦਾ ਹੋ ਰਹੀ ਹੈ, ਟਕਰਾਓ ਪੈਦਾ ਹੋ ਰਿਹਾ। ਹਾਲਾਂਕਿ ਜਿਹੜੀ ਮੇਰੀ ਤੇਰੀ ਕੋਈ ਚੀਜ਼ ਵੀ ਹੈ ਉਹ ਤੇਰੀ ਮੇਰੀ ਮਰਜ਼ੀ ਨਾਲ ਨਹੀਂ ਮਿਲੀ ਹੋਈ। ਇਸੇ ਲਈ ਆਰੰਭ ਵਿੱਚ ਸ਼ਬਦ ਕਹਿਣ ਲੱਗੇ ਸਾਰਿਆਂ ਲੋਕਾਂ ਕੋਲ ਸੁੱਖਾਂ ਦੇ ਸਮਾਨ ਇੱਕੋ ਜਿਹੇ ਤੇ ਨੇ, ਕਿਸੇ ਕੋਲ ਘੱਟ ਨੇ ਕਿਸੇ ਕੋਲ ਵੱਧ। ਕੋਈ ਲੋਕ ਐਸੇ ਨੇ ਜਿਹੜੇ ਮਖਮਲ ਰੇਸ਼ਮੀ ਬਿਸਤਰਾ ਤੇ ਸੌਂਦੇ ਨੇ, ਪਟੰਬਰ ਰੇਸ਼ਮ ਪਹਿਨਦੇ ਨੇ, ਨਿਵਾਰੀ ਪਲਗਾਂ ਤੇ ਨੀਂਦ ਲੈਂਦੇ ਨੇ। ਤੇ ਕੁਝ ਲੋਕ ਐਸੇ ਵੀ ਨੇ ਜਿਨ੍ਹਾਂ ਨੂੰ ਜੁੱਲੀ ਵੀ ਫਟੀ ਹੋਈ ਮਿਲਦੀ ਹੈ, ਰੱਜ ਕੇ ਆਪਣਾ ਤਨ ਢੱਕਣ ਲਈ ਕੋਈ ਸਾਧਨ ਵੀ ਨਹੀਂ ਮਿਲਦਾ। ਕਈ ਵਾਰੀ ਤੁਸੀਂ ਇਹਨਾਂ ਮੁਲਕਾਂ 'ਚ ਤੁਹਾਨੂੰ ਘੱਟ ਦੇਖਣ ਨੂੰ ਇੱਥੇ ਵੀ ਮਿਲ ਜਾਂਦੇ। ਟਾਊਨ ਵਿੱਚ ਜਾਓ ਨਾ ਕਈ ਵਾਰ ਰਾਤ ਦੇ ਟਾਈਮ 'ਤੇ ਐਸੇ ਵੀ ਹੋਮਲੈਸ ਲੋਕ ਬੈਠੇ ਹੁੰਦੇ ਨੇ। ਇੰਨੀਆਂ ਵੱਡੀਆਂ ਸਰਦੀਆਂ ਵਿੱਚ ਜਦੋਂ ਮਨੁੱਖ ਸਰਦੀ ਤੋਂ ਛੁੱਟਦਾ ਹੈ ਉਹਨਾਂ ਕੋਲ ਵਿਚਾਰਿਆਂ ਕੋਲ ਇੱਕ ਅੱਧ ਕੱਪੜਾ ਹੁੰਦਾ, ਭਾਵੇਂ ਸਰਕਾਰ ਉਹਨਾਂ ਦੀ ਬੜੀ ਮਦਦ ਕਰਦੀ ਹੈ। ਇਹਨਾਂ ਮੁਲਕਾਂ ਸਾਡੇ ਮੁਲਕ ਵਿੱਚ ਤਾਂ ਇਹ ਵੀ ਨਹੀਂ, ਰੋਡਸ ਤੇ ਸੜਕਾਂ ਤੇ ਪਏ ਹੀ ਲੋਕ ਮਰ ਜਾਂਦੇ ਨੇ, ਉਹਨਾਂ ਦਾ ਕੋਈ ਸਹਾਰਾ ਨਹੀਂ ਬਣਦਾ। ਪਰ ਗਰੀਬੀ ਤੇ ਅਮੀਰੀ ਹੈ ਤੇ ਸਹੀ। ਹੁਣ ਅਮੀਰੀ ਜਿਹੜੀ ਉਹ ਮੇਰੀ ਹੈ ਕਿਉਂਕਿ ਮੈਂ ਉਸੇ ਨੂੰ ਪਸੰਦ ਕੀਤਾ। ਗਰੀਬੀ ਤੇਰੀ ਹੈ ਕਿਉਂਕਿ ਤੇਰੇ ਲਈ ਛੱਡ ਦਿੱਤੀ। ਪਰ ਤੈਨੂੰ ਪਤਾ ਨਾ ਤੇਰੀ ਮਰਜ਼ੀ ਨਾਲ ਅਮੀਰੀ ਆਈ ਹੈ ਨਾ ਉਹਦੀ ਮਰਜ਼ੀ ਨਾਲ ਗਰੀਬੀ ਆਈ। ਉਹ ਵੀ ਚਾਹੁੰਦਾ ਸੀ ਮੈਂ ਅਮੀਰ ਬਣ ਜਾਵਾਂ, ਤੇ ਤੂੰ ਵੀ ਵਿਸ਼ਵਾਸ ਕਰ ਜੇ ਉਹਦੀ ਮਰਜ਼ੀ ਨਾ ਹੁੰਦੀ ਤੇਰੇ ਕੋਲ ਵੀ ਅਮੀਰੀ ਨਾ ਹੁੰਦੀ। ਇਸ ਲਈ ਕਿਸੇ ਦੀ ਗਰੀਬੀ ਤੇ ਆਪਣੀ ਅਮੀਰੀ ਨੂੰ ਆਹੋ ਸਾਹਮਣੇ ਖੜਾ ਕਰਕੇ ਈਰਖਾ ਨਾ ਕਰੇ। ਗੁਰੂ ਕਹਿਣ ਲੱਗੇ ਫਟੀ ਪੁਰਾਣੀ ਗਲੀ ਹੋਈ ਜੁੱਲੀ ਵੀ ਕੋਈ ਨਹੀਂ ਤਾਂ ਕਿ ਤਨ ਢੱਕ ਲਵੇ। ਕਿਸੇ ਦੇ ਘਰ ਵਿੱਚ ਖਾਣ ਦੇ ਤਰ੍ਹਾਂ ਤਰ੍ਹਾਂ ਦੇ ਭੋਜਨ ਦੇ ਅੰਬਾਰ ਨੇ, ਕਿਸੇ ਦੇ ਘਰ ਵਿੱਚ ਪਰਾਲੀ ਵੀ ਕੋਈ ਨਹੀਂ ਸੌਣ ਲਵੇ। ਪਰਾਲਾ
ਸੁਕਿਰਤ ਵਿੱਚ ਸੁੱਖ ਹੈ। ਸੁਕਿਰਤ ਨਾਲ ਚੰਗੇ ਕੰਮਾਂ ਨਾਲ ਸੁੱਖ ਪੈਦਾ ਕਰ, ਪਰ ਈਰਖਾ ਨਾਲ ਜੇ ਤੂੰ ਆਖੇ ਕਿ ਫਲਾਣੀ ਕੋਲ ਕਿਉਂ ਹੈ, ਮੈਂ ਉਹਦੇ ਕੋਲੋਂ ਖੋ ਲਵਾਂ ਖੋ ਲਵਾਂ, ਇਹ ਗੱਲ ਤੇਰੇ ਵੱਸ ਦੀ ਨਹੀਂ। ਜੇ ਤੂੰ ਉਹ ਖੋ ਵੀ ਲਏਗਾ ਤੇ ਮੇਰੀ, ਕਿਉਂਕਿ ਮੇਰ ਤੇ ਤਾਂ ਬੜੀ ਬਣ ਗਈ ਵੀ ਇਹ ਚੀਜ਼ ਇਹਦੇ ਕੋਲ ਕਿਉਂ, ਮੇਰੇ ਕੋਲ ਕਿਉਂ ਨਹੀਂ। ਗੁਰੂ ਨੇ ਇੱਕ ਲਫ਼ਜ਼ ਤੇ ਆ ਕੇ ਨਿਰਭਰ ਕਰ ਦਿੱਤਾ, ਕਹਿਣ ਲੱਗੇ ਮੇਰ ਤੇਰ ਜਬ ਇਹਨੇ ਚੁਕਾਈ, ਜਦੋਂ ਇਸ ਦੇ ਅੰਦਰੋਂ ਮੇਰ ਤੇਰ ਖਤਮ ਹੋ ਗਈ ਤਾਂ ਤੇ ਇਸ ਸੰਗ ਨਹੀਂ ਬੈਰਾਏ, ਵੈਰ ਹੀ ਖਤਮ ਹੋ ਗਿਆ, ਝਗੜੇ ਹੀ ਖਤਮ ਹੋ ਗਏ, ਟਕਰਾਓ ਹੀ ਖਤਮ ਹੋ ਗਏ। ਉਹ ਸਾਰੀ ਟਕਰਾਓ ਦਾ ਕਾਰਨ ਤੇ ਮੇਰ ਤੇਰ ਸੀ, ਕਿਉਂਕਿ ਜਦੋਂ ਮਨੁੱਖ ਕੋਈ ਚੀਜ਼ ਮੇਰੀ ਬਣਾ ਬੈਠਾ ਸੀ, ਕੋਈ ਤੇਰੀ ਬਣਾ ਬੈਠਾ ਸੀ, ਫਿਰ ਉਹਨਾਂ ਨੂੰ ਕੰਪੇਅਰ ਕਰਨ ਲੱਗ ਪਿਆ ਸੀ ਕਿਤੇ ਮੇਰੀ ਇਹਦੇ ਨਾਲੋਂ ਘੱਟ ਤੇਰੀ, ਕਿਤੇ ਇਹਦੀ ਮੇਰੇ ਤੋਂ ਵੱਧ ਤੇਰੇ ਸੀ। ਫਿਰ ਉਹਦੀ ਕੋਸ਼ਿਸ਼ ਚੱਲ ਗਈ ਸੀ ਦਿਨ ਰਾਤ ਦੀ ਕਿ ਇਹਦੀ ਚੀਜ਼ ਬਦਲ ਨਾ ਦਿਓ, ਬਸ ਇਸ ਲਈ ਦੂਜੇ ਦਾ ਨੁਕਸਾਨ ਲੋੜਨ ਲੱਗ ਪਿਆ, ਦੂਜੇ ਦੀ ਅਸਫਲਤਾ ਵਿੱਚੋਂ ਆਪਣੀ ਸਫਲਤਾ ਢੂੰਡਣ ਲੱਗ ਪਿਆ, ਦੂਜੇ ਦੇ ਪਿੱਛਾ ਜਾਣ ਵਿੱਚੋਂ ਆਪਣਾ ਅਗਾਂਹ ਵਧਣ ਦਾ ਮਾਹੌਲ ਢੂੰਡਣ ਲੱਗ ਪਿਆ। ਕਹਿਣ ਲੱਗੇ ਸਾਰਾ ਵੈਰ ਵਿਰੋਧ ਇਸੇ ਗੱਲ ਤੇ ਹੈ, ਤੇ ਜੇ ਇੱਥੇ ਖਲੋ ਜਾਏ ਕਿ ਨਾ ਇਹਨੂੰ ਦਿੱਤੀ ਗਈ ਹੈ ਜੋ ਵਸਤੂ ਹੈ ਇਹਦੀ ਮਰਜ਼ੀ ਨਾਲ, ਨਾ ਮੇਰੀ ਮਰਜ਼ੀ ਨਾਲ ਮੈਨੂੰ ਮਿਲਦੀ ਹੈ, ਇਹ ਤਾਂ ਕਰਮਾਂ ਤੇ ਨਿਬੜਦਾ ਹੈ। ਕਹਿਣ ਲੱਗੇ ਜਿੰਨੇ ਇੱਕ ਬਰਤਨ ਆ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਮਾਟੀ ਏਕ ਅਨੇਕ ਭਾਂਤ ਕਰ ਵੱਖ ਵੱਖ ਰੂਪਾਂ ਵਿੱਚ ਉਸ ਕੁਮਾਰ ਨੇ ਇਸ ਮਿੱਟੀ ਤੋਂ ਇਹ ਸਾਰੇ ਭਾਂਡੇ ਘੜੇ। ਕਹਿਣ ਲੱਗੇ ਮਾਟੀ ਏਕ ਅਨੇਕ ਭਾਂਤ ਕਰ ਸੂਤ ਸਾਜੀ ਸਾਜਨ ਹਾਰੇ, ਨਾ ਕਿਛ ਪੋਚ ਮਾਟੀ ਕੇ ਭਾਂਡੇ, ਨਾ ਕਿਛ ਪੋਚ ਕੁਮਾਰੇ। ਕੁਮਾਰੇ ਏਕ ਜੋ ਮਾਟੀ ਗੂੰਦੀ, ਬਹੁਵਿਧ ਬਾਣੀ ਲਾਈ ਇੱਥੇ ਲਫ਼ਜ਼, ਆ ਥੋੜ੍ਹਾ ਜਿਹਾ ਰੁੱਖ ਕੇ ਸਮਝ ਲੈਣਾ ਨਹੀਂ ਤੇ ਇੱਥੇ ਭੁਲੇਖਾ ਖਾ ਲੈਣਾ। ਬਾਣੀ ਦਾ ਅਰਥ ਹੈ, ਕਿਉਂਕਿ ਬਾਣੀ ਅੰਦਰ ਜਿੰਨੀ ਥਾਂ ਤੇ ਬਾਣੀ ਲਫ਼ਜ਼ ਹੈ ਨਾ ਉੱਥੇ ਇਹਨਾਂ ਨੇ ਨਾਲ ਨਾਲ ਦੇਖਣਾ, ਸਿੰਗਲ ਸ਼ਬਦ ਜਿੰਨੀ ਥਾਂ ਤੇ ਗੁਰਬਾਣੀ ਬਾਣੀ ਉੱਥੇ ਲਫ਼ਜ਼ ਅੱਖਰ ਇਹਨਾਂ ਨੇ, ਤੇ ਇੱਥੇ ਲਫ਼ਜ਼ ਨਾਣਾ ਨਹੀਂ ਅੱਖਰ ਨਾਣਾ ਨਹੀਂ ਕਈ ਵਾਰ ਅਰਥ ਕਰਤਾ ਜਾਂਦਾ ਹੈ ਕਿ ਉਹਦਾ ਬਾਹਰਲਾ ਰੂਪ ਵੱਖਰਾ ਵੱਖਰਾ ਬਣਾ ਕੁਮਾਰ ਤੇ ਬਾਣੀ ਤੇ ਬਾਣਾ ਬਾਣਾ ਲਫ਼ਜ਼ ਨੂੰ ਬਾਣਾ ਵੀ ਉੱਥੇ ਲਫ਼ਜ਼ ਤਾਂ ਹੀ ਆਉਣਾ ਬਣਾਉਣਾ ਪੜੇਗਾ ਵੱਖਰਾ ਵੱਖਰਾ ਬਣਾ ਦਿੱਤਾ ਇੱਥੇ ਲਫ਼ਜ਼ ਮਿਲਣਾ ਹੈ ਤੇ ਬਾਣੀ ਦਾ ਅਰਥ ਹੁੰਦਾ ਹੈ ਆਦਤ ਸੁਭਾਅ ਬਾਣ। ਕਹਿਣ ਲੱਗੇ ਮੇਰੇ ਰੱਬ ਨੇ ਸੰਸਾਰ ਰਚਿਆ, ਮਿੱਟੀ ਤਾਂ ਇੱਕ ਸੀ ਪਰ ਆਦਤਾਂ ਆਪਣੀਆਂ ਆਪਣੀਆਂ ਸਨ, ਸੁਭਾਅ ਆਪਣੇ ਆਪਣੇ ਸਨ। ਮਾਲਕ ਨੇ
ਮਿੱਟੀ ਤੋਂ ਜੀਵਨ ਰਚੇ, ਦੇਹਾਂ ਰਚੀਆਂ ਸਰੀਰ ਰਚੇ, ਪਰ ਉਹਨਾਂ ਵਿੱਚ ਸੁਭਾਅ ਆਪਣੇ ਆਪਣੇ ਪੈ ਗਏ। ਆਦਤ ਬਣ ਗਈ, ਤੇਰਾ ਸੁਭਾਅ ਬਣ ਗਿਆ। ਬਹੁਤ ਤਰ੍ਹਾਂ ਦੀ ਬਾਣੀ ਸਿਆ ਸਾਜ ਦੀ ਵਾਰ ਅੰਦਰ ਵੀ ਸ਼ਲੋਕ ਹੈ, ਵਿਸਮਾਦ ਨਾਦ, ਵਿਸਮਾਦ ਵੇਦ, ਅਗਲੇ ਪਾਸੇ ਲਫ਼ਜ਼ ਨੇ ਵਿਸਮਾਦ ਜੀ, ਵਿਸਮਾਦ ਭੇਦ। ਅੱਗੇ ਮੈਂ ਹੈਰਾਨ ਹੁੰਦਾ ਜਦੋਂ ਮੈਂ ਜੀਆਂ ਵੱਲ ਦੇਖਣਾ, ਇੰਨੇ ਜੀ ਪੈਦਾ ਕਰ ਦਿੱਤੇ, ਇੰਨੇ ਜੀ ਪੈਦਾ ਕਰ ਦਿੱਤੇ, ਫਿਰ ਵਿਸਮਾਦ ਹੋਰ ਹੈਰਾਨਗੀ ਹੋਈ, ਸਾਰੇ ਵਿੱਚ ਭੇਦ ਰੱਖ ਦਿੱਤੇ, ਇੱਕ ਦੇ ਨਾਲ ਦੂਜਾ ਨਹੀਂ ਮਿਲਦਾ, ਸਭ ਵੱਖ ਵੱਖ ਨੇ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਉਹਨਾਂ ਵਿੱਚ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਫਰਕ। ਬਾਣੀ ਲਾਈ ਮਾਲਕ ਨੇ, ਉਭਾਰ ਨੇ ਸੁਭਾਅ ਵੱਖਰੇ ਵੱਖਰੇ ਪਾ ਦਿੱਤੇ, ਤੇ ਉਹ ਸੁਭਾਅ ਦੋ ਤਰ੍ਹਾਂ ਦੇ ਸਨ। ਮਾਲਕ ਵਿੱਚ ਕੁਝ ਚੰਗੇ, ਕੁਝ ਮੰਦੇ, ਜਿਹਨੂੰ ਅਸੀਂ ਆਪਣੇ ਆਪ ਆਖਦੇ ਹਾਂ ਦੋ ਲਫ਼ਜ਼ਾਂ ਵਿੱਚ, ਸੰਖੇ ਵਿੱਚ ਚੰਗਿਆਈਆਂ ਬੁਰਿਆਈਆਂ, ਵਾਚੇ ਧਰਮਾਂ ਦੇ ਜਿਹਨੂੰ ਅਸੀਂ ਦੋ ਲਫ਼ਜ਼ਾਂ ਵਿੱਚ ਆਖਦੇ ਹਾਂ, ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ, ਚੰਗਿਆਈਆਂ ਬੁਰਿਆਈਆਂ, ਸਤੀ ਪਹਿਰੀ ਸਤ ਭਲਾ, ਬਹੀਏ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ, ਕੋਈ ਪਾਪ ਕੋਈ ਨੇਕੀ ਕੋਈ ਬਦੀ, ਕੋਈ ਚੰਗਿਆਈਆਂ ਕੋਈ ਬੁਰਿਆਈਆਂ। ਕਹਿਣ ਲੱਗੇ ਉਸ ਕੁਮਾਰ ਨੇ ਇਹ ਜੀਵਨ ਸੰਸਾਰ ਘੜਿਆ, ਇਹਦੇ ਵਿੱਚ ਸੁਭਾਅ ਵੱਖ ਵੱਖ ਪਾ ਦਿੱਤੇ, ਬਹੁਤ ਬਾਣੀ ਲਾਈ ਆਦਤਾਂ ਸੁਭਾਅ ਬਾਣ ਵੱਖਰੀਆਂ ਵੱਖਰੀਆਂ ਬਣਾ ਦਿੱਤੀਆਂ, ਤੇ ਉਹਨੂੰ ਦੋ ਹਿੱਸਿਆਂ ਵਿੱਚ ਵੰਡਿਆ। ਗੁਣਾਂ ਨੂੰ ਬਾਣੀ ਅੰਦਰ ਅਨੇਕ ਥਾਵਾਂ ਤੇ ਮੋਤੀ ਮੁਕਤਾ ਆਖਿਆ, ਕੀਰਤੀ ਨੇ ਗੁਣ ਕੀਰਤੀ। ਕਹਿਣ ਲੱਗੇ ਇਸ ਤਨ ਦੇ ਜੀਵਨ ਦੇ ਇਸ ਬਰਤਨ ਵਿੱਚ ਕੀ ਦੇਖਣਾ, ਕਈਆਂ ਕੋਲ ਗੁਣ ਹੀ ਗੁਣ ਨੇ, ਕਾਹੂ ਮੈਂ ਮੋਤੀ ਮੁਕਤਾ ਹਨ, ਕਾਹੂ ਵਿਆਦ ਲਗਾਈ, ਵਿਆਦ ਕੋਈ ਰੋਗ, ਬੁਰਾਈਆਂ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ, ਬੁਰਾਈਆਂ ਹੀ ਬੁਰਾਈਆਂ, ਅਵਗੁਣ ਹੀ ਅਵਗੁਣ, ਨਾਨਕ ਅਵਗੁਣ ਜੇਤੜੇ ਤੇਤੇ ਕਰੀ ਜ਼ਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸਿਭਾਈ ਸਰੀਰ। ਕਹਿਣ ਲੱਗੇ ਮੇਰੇ ਰੱਬ ਨੇ ਜੀਵਨ ਬਣਾਏ, ਉਹਨਾਂ ਨੂੰ ਵੱਖ ਵੱਖ ਬਾਣੀ ਆਦਤ ਸੁਭਾਅ ਬਾਣ ਲਾ ਦਿੱਤੀ, ਤੇ ਉਹ ਬਾਣ ਦੋ ਹਿੱਸਿਆਂ ਵਿੱਚ ਵੰਡੀ ਗਈ, ਇੱਕ ਚੰਗਿਆਈਆਂ ਦੇ ਰੂਪ ਵਿੱਚ, ਇੱਕ ਬੁਰਾਈਆਂ ਦੇ ਰੂਪ ਵਿੱਚ, ਇੱਕ ਪਾਪ ਕਰਕੇ ਜੀਵਨ ਬਿਤਾ ਰਹੇ ਸਨ, ਇੱਕ ਪੁੰਨ ਨਾਲ ਜੀਵਨ ਬਿਤਾ ਰਹੇ ਸਨ, ਚੰਗਿਆਈਆਂ ਨਾਲ ਜੀਵਨ ਬਿਤਾ ਰਹੇ ਸਨ, ਇੱਕ ਬੁਰਾਈਆਂ ਕਰ ਕਰਕੇ ਜੀਵਨ ਦਾ ਸਮਾਂ ਗਵਾ ਰਹੇ ਸਨ। ਕਾਹੂ ਮੈਂ ਮੋਤੀ ਮੁਕਤਾ ਹੈ, ਕਾਹੂ ਵਿਆਦ ਲਗਾਈ। ਹੁਣ ਦੇਖਣਾ ਵਿਆਦ ਵਾਲਿਆਂ ਨੂੰ ਤਾਂ ਪਰੇਸ਼ਾਨੀਆਂ ਪੀੜਾ ਹੀ ਪੀੜਾ ਨੇ, ਤੇ ਮੋਤੀ ਮੁਕਤਾ ਵਾਲਿਆਂ ਨੂੰ ਮਾਣ ਸਨਮਾਨ ਹੀ ਹੈ। ਹੁਣ ਮਾਣ ਸਨਮਾਨ ਜਿਹੜਾ ਮੋਤੀ ਮੁਕਤਾ ਵਾਲਿਆਂ ਦਾ ਵੇਖ ਕੇ, ਤੇ ਜੇ ਭਲਾ ਵਿਆਹ ਵਾਲੇ ਈਰਖਾ ਕਰਨ, ਇਹ ਉਸ ਤੁਖ ਦਾ ਤੇ ਇਸ ਤੁਖ ਦਾ ਮੇਲ ਕੀ ਹੈ? ਜੇ ਭਲਾ ਵਿਆਹ ਵਾਲੇ ਲੋਕ ਵੇਖਣ ਮੋਤੀ ਮੁਕਤਾ ਵਾਲਿਆਂ ਨੂੰ ਕਿ ਇਹਨਾਂ ਨੂੰ ਮਾਣ ਸਨਮਾਨ, ਇਹਨਾਂ ਕੋਲ ਸੁੱਖ ਕਿਉਂ ਨੇ,
ਈਰਖਾ ਕਰ। ਇਹ ਨਾ ਸੋਚਣ ਅਸੀਂ ਤਾਂ ਉਹ ਮੋਤੀ ਮੁਕਤਾਲ ਪੈਦਾ ਹੀ ਨਹੀਂ ਕਰ ਸਕਦੇ, ਅਸੀਂ ਤੇ ਆਪਣੀ ਬਾਣ ਆਦਤ ਸੁਭਾਅ ਵਿੱਚ ਬੁਰਾਈਆਂ ਹੀ ਬੁਰਾਈਆਂ ਰੱਖੀਆਂ ਨੇ। ਸਾਡੇ ਕੋਲ ਉਹ ਮਾਣ ਸਨਮਾਨ ਕਿਵੇਂ ਆਵੇ? ਕਹਿਣ ਲੱਗੇ ਕੋਈ ਚੰਗੀ ਗੱਲ ਤੇ ਨਹੀਂ। ਇਸੇ ਲਈ ਬਾਬਾ ਕਬੀਰ ਨੇ ਮੁਖਾਤਮ ਕਰਕੇ ਆਖ ਦਿੱਤਾ, ਕਹਿਣ ਲੱਗੇ ਇਹ ਰਖਵਾਦ ਨਾ ਕੀਜੇ ਰੇ ਮਾਣ, ਇਹ ਮਾਣ ਕਿਸੇ ਮੋਤੀ ਮੁਕਤਾਲ ਚੰਗੇ ਗੁਣਾਂ ਵਾਲੇ ਚੰਗੇ ਸੁਭਾਅ ਵਾਲੇ ਮਨੁੱਖ ਦੇ ਜੀਵਨ ਦੀ ਸਫਲਤਾ ਵੇਖ ਕੇ ਕਿਤੇ ਅੰਦਰੋਂ ਪਰੇਸ਼ਾਨ ਨਾ ਹੋਈ। ਈਰਖਾ ਨਾ ਕਰੀ, ਈਰਖਾ ਤੇ ਸਿਰਫ ਇਸੇ ਲਈ ਹੈ ਨਾ ਕਿ ਤੂੰ ਆਪਣਾ ਚੁਗਿਰਦਾ ਆਪਣਾ ਸਮਝ ਰਿਹਾ, ਇਸੇ ਲਈ ਇਹਨੂੰ ਵੱਡਾ ਕਰਨਾ ਚਾਹੁੰਦਾ ਨੇ। ਹੋਰ ਹੀ ਹੋ ਰਿਹਾ, ਮੋਤੀ ਮੁਕਤਾਲ ਵਾਲੇ ਦਾ ਵੱਡਾ ਹੈ ਤੇ ਇਹਨੂੰ ਈਰਖਾ ਆ ਰਹੀ। ਇਸ ਲਈ ਰਖਵਾਦ ਨਾ ਕੀਤਾ ਰਹੇ ਮਨ, ਸੁਖਿਰਤ ਕਰ ਕਰ ਲਈ, ਤੂੰ ਵੀ ਸੁਖਿਰਤ ਕਰ, ਮੁਕਤਾਹਲ ਪੈਦਾ ਕਰ ਲੈ। ਪਰ ਬੁਰਾਈਆਂ ਵਿੱਚੋਂ ਤੇ ਨਿਰੇ ਸੰਸਾਰਿਕ ਧਨ ਵਿੱਚੋਂ ਜੇ ਤੂੰ ਆਖੇ ਮੋਤੀ ਮੁਕਤਾਹਲ ਵਰਗੇ ਗੁਣ ਪੈਦਾ ਹੋ ਜਾਣ ਤੇ ਉਹ ਗੱਲ ਤਾਂ ਨਾਮੁਮਕਿਨ ਹੈ, ਅਸੰਭਵ। ਕਹਿਣ ਲੱਗੇ ਮੈਂ ਦੇਖਦਾ ਕੀ ਆ, ਦੌਲਤ ਦੇ ਅੰਬਾਰ ਵੱਡੇ ਕਰ ਰਿਹਾ, ਬੈਂਕ ਬੈਲੈਂਸ ਵਧਾ ਰਿਹਾ, ਗੁਣ ਪੈਦਾ ਨਹੀਂ ਕਰ ਰਿਹਾ, ਉਹ ਮੋਤੀ ਮੁਕਤਾਲਾ ਤੋਂ ਮੁਕਤਾਲ ਤੋਂ ਅਧੂਰਾ। ਸ਼ੁਮੈ ਧਨ ਰੱਖਣ ਕਦਰੀਆ ਮੁਗਧ ਮੂਰਖ, ਕਹਿੰਦਾ ਕੀ ਹੈ ਧਨ ਮੇਰਾ ਹੈ ਇਸ ਲਈ ਮੈਂ ਇਹਦਾ ਅੰਬਾਰ ਵੱਡਾ ਕਰਨਾ, ਇਹਦਾ ਢੇਰ ਵੱਡਾ ਕਰਨਾ, ਉਹਦੇ ਕੋਲ ਉਹ ਨਹੀਂ ਹੋਣਗੇ। ਉਹ ਸਮਝਦਾ ਹੈ ਵੀ ਜਿਹਦੇ ਕੋਲ ਗੁਣ ਨੇ ਉਹਦੇ ਕੋਲ ਗਰੀਬੀ ਹੋਏਗੀ, ਮੇਰੇ ਕੋਲ ਅਮੀਰੀ ਹੋਏਗੀ। ਜੋ ਮੁਕਾਬਲਾ ਅਮੀਰੀ ਗਰੀਬੀ ਦਾ ਸੰਸਾਰਿਕ ਦੌਲਤ ਨਾਲ ਕਰਨ ਲੱਗ ਪਿਆ, ਹਾਲਾਂਕਿ ਗੁਰੂ ਨੇ ਆਵਾਜ਼ ਦੇ ਕੇ ਆਖਿਆ ਸੀ ਕਾਚਾ ਧਨ ਸੰਸੇ ਮੂਰਖ ਗਵਾਕ, ਮੁਗਦ ਕਹੇ ਧਨ ਮੇਰਾ। ਪਰ ਕਹਿਣ ਲੱਗੇ ਉਹਨੂੰ ਇਹ ਪਤਾ ਨਹੀਂ, ਜਮ ਕਾ ਡੰਡ ਮੂੰਡ ਮੈਂ ਲਾਗੇ, ਇਹ ਜਮ ਦਾ ਡੰਡਾ ਜਦੋਂ ਸਿਰ ਵਿੱਚ ਪਵੇਗਾ, ਮੂੰਡ ਦਾ ਅਰਥ ਹੁੰਦਾ ਹੈ ਸਿਰ, ਗੁਰਬਾਣੀ ਵਿੱਚ ਬਹੁਤ ਕੰਮ ਤਿਆਰ ਹੈ, ਮੂੰਡ ਧੁਣੇ ਪਿਛਟਾਈ ਹੈ ਸਿਰ ਫੇਰ ਕੇ ਪਛਤਾਵਾ ਕਰਨਾ, ਮੂੰਡ ਦਾ ਅਰਥ ਹੈ ਸਿਰ। ਜਦੋਂ ਸਿਰ ਵਿੱਚ ਡੰਮ ਦਾ ਮੌਤ ਦਾ ਡੰਡਾ ਪਿਆ, ਉਹਨੇ ਖਿੜ ਵਿੱਚ ਸਾਰਾ ਨਵੇੜਾ ਕਰ ਦੇਣਾ ਕਿ ਗੁਣ ਵਾਲੇ ਦੇ ਗੁਣ ਨਾਲ ਜਾਂਦੇ ਨੇ ਕਿ ਤੇਰੀ ਦੌਲਤ ਦੇ ਲੱਗੇ ਹੋਏ ਅਪਾਰ ਨਾਲ ਜਾਂਦੇ ਨੇ। ਜਮ ਕਾ ਡੰਡ ਮੂੰਡ ਮੈਂ ਲਾਗੇ, ਖਿਲ ਮੈਂ ਕਰੇ ਨਵੇਰਾ, ਕਹਿਣ ਲੱਗੇ ਇਸ ਲਈ ਜਿਹੜੇ ਹਰੀ ਜਨ ਨੇ ਭਗਤ ਨੇ ਉਹ ਰੱਬ ਦੇ ਹੁਕਮ ਵਿੱਚ ਰਾਜ਼ੀ ਰਹਿਣ ਦੇ ਸੁਭਾਅ ਰੱਖਦੇ ਨੇ, ਉਹ ਕਦੇ ਦੂਜੇ ਨਾਲ ਈਰਖਾ ਨਹੀਂ ਕਰਦੇ। ਹਰ ਜਨ ਉੱਤਮ ਭਗਤ ਸਦਾਵ ਆਗਿਆ ਮਨ ਸੁਖ ਪਾਏ, ਜੋਤਿ ਸੁਭਾਵੇ ਸਤ ਕਰਮਾਂ ਨੇ ਭਾਣਾ ਮਨ ਵਸਾਏ। ਕਹਿਣ ਲੱਗੇ ਜਿਹੜੇ ਉਸ ਸ਼ੂਮੇ ਧਨ ਰੱਖਣ ਕੋ ਦੀਆ ਵਾਲੀ ਬਾਣ ਨਾਲ ਆਦਤ ਨਾਲ ਸਮਝਦੇ ਨੇ ਇਹੋ ਹੀ ਮੇਰੇ ਨਾਲ ਜਾਏਗਾ, ਉਹਨਾਂ ਦੀ ਹਾਲਤ ਕੀ ਹੈ? ਕਹਿ ਕਵੀ ਸੁਣੋ ਰੇ ਸੁਣ ਤੋ ਮੇਰੀ ਮੇਰੀ ਝੂਠੀ। ਉਹ ਦੌਲਤ ਦੀ ਸੰਸਾਰਿਕ ਸੁੱਖਾਂ ਦੀ ਸੰਸਾਰਿਕ ਪਦਾਰਥਾਂ ਦੇ ਢੇਰ ਨੂੰ ਵੇਖ ਕੇ ਮੇਰੀ ਮੇਰੀ ਆਖਣ ਵਾਲੇ ਜਿਹੜੇ ਨੇ ਉਹਨਾਂ ਦੀ ਉਹ ਮੇਰੀ ਮੇਰੀ ਝੂਠੀ ਸਾਬਤ ਹੋਈ। ਕਿਵੇਂ? ਇੱਥੇ ਇੱਕ ਐਗਜ਼ਾਮਪਲ ਦਿੰਦੇ, ਉਹ ਮੇਰੀ ਮੇਰੀ ਝੂਠੀ ਸਾਬਤ ਹੋਈ। ਕਿਵੇਂ ਝੂਠੀ? ਅਗਲੇ ਪਾਸੇ ਇੱਕ ਐਗਜ਼ਾਮਪਲ ਦਿੰਦੇ ਨੇ ਆਖਰੀ ਲਾਈਨ ਵਿੱਚ, ਕਹਿਣ ਲੱਗੇ ਜਿਵੇਂ ਚਿਰਗਟ ਫਾਲ ਚਟਾਰਾ ਲੈ ਗਏ ਹੋ। ਚਿਰਗਟ ਕਹਿੰਦੇ ਨੇ ਪਿੰਜਰੇ, ਚਟਾਰਾ ਦਬਾਵ ਹੈ ਚਿੜਾ, ਚਿੜਾ ਇੱਕ ਪਿੰਜਰੇ ਵਿੱਚ ਹੈ। ਉਹਦੇ ਕੋਲ ਆਖਰ ਭਾਵੇਂ ਕਿਸੇ ਨੇ ਪਿੰਜਰੇ 'ਚ ਹੀ ਪਾਇਆ, ਉਹ ਕਬਿੱਤਰ ਤਾਂ ਨਹੀਂ ਨਾ ਜਿਹਨੇ ਉਹਦੇ ਗੁਲਾਮੀ ਪੈਦਾ ਕੀਤੀ ਹੈ, ਪਿੰਜਰੇ 'ਚ ਪਾਇਆ, ਪਰ ਫਿਰ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਉਹਦੇ ਲਈ ਇੱਕ ਠੂਠੀ ਪਾਣੀ ਦੀ ਭਰਕ ਵਿੱਚ ਰੱਖ ਦਿੰਦਾ ਹੈ। ਤੇ ਇੱਕ ਹੋਰ ਛੋਟਾ ਜਿਹਾ ਛਿੱਕੂ ਰੱਖ ਦਿੰਦਾ, ਉਹਦੇ ਵਿੱਚ ਕੁਝ ਦਾਣੇ ਪਾ ਦਿੰਦਾ।
ਪਿੰਜਰੇ ਵਿੱਚ ਬੈਠਿਆ, ਜਿਹੜਾ ਉਹਦੀ ਦੁਨੀਆ ਉਹਦਾ ਸੰਸਾਰ ਕੇਵਲ ਉਹ ਐਨਾ ਕੁ ਠੂਠੀ ਦਾ ਟੁਕੜਾ ਤੇ ਉਹ ਐਨਾ ਕੁ ਛਿੱਕੂ, ਉਹੋ ਹੀ ਉਹਦੀ ਦੁਨੀਆ। ਉਹ ਉਸੇ ਵਿੱਚ ਹੀ ਪ੍ਰਸੰਨ ਹੈ, ਉਹ ਕਹਿੰਦਾ ਬਹੁਤ ਹੈ ਮੇਰੇ ਕੋਲ, ਛਿੱਕੂ ਵਿੱਚੋਂ ਦਾਣੇ ਖਾ ਛੱਡਦਾ ਤੇ ਠੂਠੀ ਵਿੱਚੋਂ ਪਾਣੀ ਪੀ ਛੱਡਦਾ, ਉਹਦੇ ਚ ਹੀ ਪ੍ਰਸੰਨ ਹੈ। ਉਹਨੂੰ ਇਸ ਤੋਂ ਅੱਗੇ ਕੁਝ ਸੋਚਣ ਦੀ ਲੋੜ ਹੀ ਨਹੀਂ। ਪਰ ਬਾਬਾ ਕਬੀਰ ਕਹਿੰਦੇ ਉਹ ਭਲਿਆ, ਤੈਨੂੰ ਇੰਨਾ ਵੀ ਨਹੀਂ ਪਤਾ ਜਿਸ ਦੇ ਸਹਾਰੇ ਜੀਵ ਰਿਹਾ ਭਲਿਆ, ਇਹ ਵੀ ਤੇਰੇ ਨਾਲ, ਇਹ ਵੀ ਤੇਰਾ ਨਹੀਂ। ਮੇਰੀ ਮੇਰੀ ਝੂਠੀ ਇਹਨੂੰ ਵੀ, ਛਿੱਕੂ ਨੂੰ ਤੇ ਐਨੇ ਕੁਛ, ਠੂਠੀ ਨੂੰ ਤੇ ਪਿੰਜਰੇ ਨੂੰ ਵੀ ਆਪਣਾ ਸਮਝ, ਆਪਣਾ ਨਾ ਸਮਝ। ਜਿਸ ਦਿਨ ਬਿੱਲਾ ਆਇਆ, ਬਿੱਲੇ ਮੌਤ ਦੇ ਬਿੱਲੇ ਨੇ ਤੇਰਾ ਇਹ ਪਿੰਜਰਾ ਸਰੀਰ ਦਾ ਤੋੜਿਆ, ਵਿੱਚੋਂ ਲੈ ਗਿਆ ਚਿੜੇ ਰੂਪੀ ਜੀਵ ਆਤਮਾ ਨੂੰ, ਉਸ ਦਿਨ ਇਹ ਤਰੀ ਤਾਗਰੀ, ਇਹ ਛਿੱਕੂ ਵੀ ਤੇ ਠੂਠੀ ਵੀ ਇਸੇ ਪਿੰਜਰੇ ਵਿੱਚ ਇੱਥੇ ਹੀ ਰਹਿ ਜਾਣੀ, ਇਹਨੇ ਵੀ ਤੇਰੇ ਨਾਲ ਨਹੀਂ ਜਾਣਾ, ਕਹਿਣ ਲੱਗੀ। ਸਮਾਂ ਦੇਣਾ ਜ਼ਰੂਰੀ ਸਮਝਦਾ ਹੈ, ਆਪਣੇ ਜੀਵਨ ਦੀ ਜਿੱਤ ਹਾਰ ਪ੍ਰਤੀ ਕੋਈ ਨਹੀਂ। ਆਪਣੇ ਜੀਵਨ ਦੀ ਜਿੱਤ ਹਾਰ ਸਮਝਣ ਦੀ ਲੋੜ ਨਹੀਂ, ਪਿੱਛੇ ਸਹੀ ਵੇਖੀ ਜਾਏ। ਅਸੀਂ ਕਿਸੇ ਦੀ ਜਿੱਤ ਹਾਰ ਨੂੰ ਜ਼ਰੂਰ ਸਮਝੀਏ, ਆ ਪਹਿਲੇ ਸਤਿਗੁਰੂ ਬਖਸ਼ਿਸ਼ ਕਰੇ, ਸੁਮਤ ਦੇਵੇ, ਸਾਨੂੰ ਪਤਾ ਹੋਵੇ ਕਿ ਸਾਡੇ ਜੀਵਨ ਦੀ ਜਿੱਤ ਹਾਰ ਕਿੱਥੇ ਖਲੋਤੀ ਹੈ। ਅਸੀਂ ਆਪਣਾ ਮੈਚ ਤੇ ਨਹੀਂ ਕਿਤੇ ਹਾਰ ਰਹੇ, ਇਸ ਮਤ ਦੀ ਲੋੜ ਹੈ। ਗੁਰੂ ਬਖਸ਼ਿਸ਼ ਕਰੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਕਾ ਸਤਿ ਪ੍ਰਸਾਦ, ਆਨੰਦ ਪਾਇਆ ਮੇਰੀ ਮਾਇ, ਸਤਿਗੁਰੂ ਨੇ ਪਾਇਆ ਸਤਿ ਤਾ ਪਾਇਆ ਸਹਿਜ ਸਿੱਧੀ ਮਰਗ ਦੀਆਂ ਵਧਾਈਆਂ, ਰਾਮ ਪਰਵਾਰ ਸਾਰਨਾ ਕਰੋ ਕਰੇ ਤੇਰਾ ਪਾਠ ਸਭ ਸਾਰਨਾ।
ਤੂੰ ਤੈਰਦਾ।